एक्टिविटी का मेन तो चला के पता लगना है। टाइगर 65 CRD इंजन च लो जी ट्रैक्टर की टेस्टिंग करन लगे आ। ये डेमो का पीस आ CRD ट्रैक्टर च आया जिहड़ा DI 65 4x4। ये विच तीन मोड आ पावर नॉर्मल ते इको मोड। जे आपां बाही करनी आ तां पावर मोड च करांगे। तेरां दे फाले आ बाकी वीडियो च बने रहो। जे आपां बहाई करनी तां पावर मोड ते ही करनी आ। जिवें आपां रोड ते चलना सिंपल तां नॉर्मल या इको मोड ते। मोड भी दिखा देंदे तुहानू पावर नॉर्मल ते इको मोड। बटन वगैरह के बाद टायर नु सेट करने ਮੱਡ ਗਾਰਡ ਵੀ ਲੱਗੇ ਹੋਏ ਆ ਫਰੰਟ ਤੇ। ਤਿੰਨ ਵਾਰ ਕਰਕੇ ਫੇਰ ਪੈਂਦਾ ਹੈ। ਤੇ ਫਰੰਟ ਵੇਟ ਨਹੀਂ ਆਦੇ ਉਹ 75 ਨੂੰ ਆਦੇ ਆ। ਇਸ ਤੋਂ ਬੜੇ ਹੋਰਸ ਪਾਵਰ ਵਾਲੇ ਨੂੰ ਹੁਣ ਇਸ ਜਦ ਸਾਡੇ ਕੋਲ ਵਰਲਡ ਟਰੈਕ ਹੁੰਦਾ ਤਾਂ ਅਸੀਂ ਇਹਦੇ ਉੱਪਰ ਦੋ ਹੋਰ ਕਰਾਏ ਵੇ ਤੇ ਵਰਲਡ ਟਰੈਕ ਦੀ ਸਾਨੂੰ ਅਸੀਂ ਦੇਖਦੇ ਹੀ ਤਾਂ ਦਿੱਕਤ ਸਾਨੂੰ ਇਹ ਹੁੰਦੀ ਨਹੀਂ ਤੇ ਦੇਖਦੇ ਹੀ ਉਹਦੇ ਚ ਮਤਲਬ ਠੰਡੀ ਛੱਡੇ ਰੱਖਦਾ ਤਾਂ ਸਾਨੂੰ ਉੱਪਰ ਚੱਕ ਕੇ ਮਤਲਬ ਲਿਫਟ ਉੱਪਰ ਹੱਥ ਰੱਖਣਾ ਹੀ ਪੈਂਦਾ ਰਾਹ ਤੇ ਉਹ ਪਤਾ ਨਹੀਂ ਤਾਂ ਉਹਨੇ ਕਦ ਦੱਬ ਜਾਣਾ ਜਾਂ ਕੀ ਉਹਦੀ ਲਿਫਟ ਦੀ ਬੜੀ ਪ੍ਰੋਬਲਮ ਸੀ। ਬਾਕੀ ਉਹ ਗੇਰਾਂ ਪੱਖੋਂ ਬਹੁਤ ਵਧੀਆ ਟਰੈਕਟਰ ਸੀ। ਵੈਸੇ ਨੋਰਮਲ ਬਣਾਉਣ ਵਾਲੀ CRD ਹੈ 50 ਉੱਪਰ ਟੋਟਲ ਹੀ CRD ਹੈ। ਅੱਛਾ ਇਹ ਤਾਂ ਤੁਹਾਨੂੰ ਮਿਲਣਾ ਹੀ ਹੈ। ਕੋਈ CRD ਤੁਸੀਂ 750 ਵੀ ਫੇ CRD ਕਰ ਲਓ। ਇਹ ਦੋ ਤਿੰਨ ਮਾਡਲ ਹੈ ਜਿਹੜਾ ਟਾਈਮ ਲਿਆ ਹੋਇਆ 2024 ਤੱਕ ਮੈਂ ਟੋਟਲ ਸਾਰੇ CRD ਲਾਉਂਗਾ। चलाओ फिर तुसीं पावर ते कर लियो। ठीक है।
ਸਪੀਡ ਚ ਚਲਾਓ ਜੇ ਤੁਹਾਨੂੰ ਲੱਗਦਾ ਲੋਡ ਮੰਨ ਰਿਹਾ ਤਾਂ ਹਾਂਜੀ ਹਾਂ ਹੁਣ ਤਾਂ ਲੋਡ ਵਾਲੀ ਕੰਮ ਪਾਵਰ ਪਰੇ ਲਾਇਆ ਵਾ ਮੋਦਰ ਤੇ ਨਾਰਮਲ ਪਰ ਕਰਕੇ ਥੋੜਾ ਫਰਕ ਲੱਗੂਗਾ ਆਵਾਜ਼ ਚ ਫਰਕ ਪੈਂਦਾ ਹਾਂਜੀ ਹਾਂਜੀ ਜਿਹੜਾ ਲਾਉਂਗੇ ਨਾ ਪਾਵਰ ਤੇ ਲਾਇਆ ਫਿਰ ਚਲਦੇ ਚਲਦੇ ਤੇ ਨਾਰਮਲ ਕਰ ਦਿਆ ਹਾਂਜੀ ਵਰਕ ਪਊਗਾ ਸਹੀ ਠੀਕ ਹੈ ਇਹਦੇ ਵਾਸਤੇ ਵਧੀਆ ਬਣ ਗਈ ਟਰੈਕਟਰ ਦੀ ਬਹੁਤ ਸੋਹਣੀ ਆਵਾਜ਼ चलो ठीक है जी फिर ओके जी चलाओ फिर तुम्हें हमने।